ਨਮਸਕਾਰ ਦੋਸਤੋ, ਮੈਂ ਕਿਰਨ ਵਿਸ਼ੇਸ਼ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਦੇ। ਕਰੰਟ ਇਸ਼ੂ ਵਿੱਚ ਗੱਲ ਕਰਦੇ ਹਾਂ ਅਸੀਂ ਸਾਬਕਾ SSP ਚਰਨਜੀਤ ਸ਼ਰਮਾ, ਜੋ ਕਿ ਪੁਲਿਸ ਦੀ ਗ੍ਰਿਫਤ ਵਿੱਚ ਸੀਗੇ। ਮਾਮਲਾ ਸੀਗਾ ਬੇਅਦਬੀ ਮਾਮਲਾ, ਜੋ ਕਿ ਕੋਟਕਪੂਰਾ ਫਰੀਦਕੋਟ ਦੇ ਨਾਲ ਪੈਂਦੇ ਹੋਏ ਜਿਹੜੇ ਬਹਿਬਲ ਕਲਾਕਾਂਡ ਹੈ ਉਹਦੇ ਵਿੱਚ ਗ੍ਰਿਫਤਾਰ ਸਨ। ਉਹਨਾਂ ਦੀ ਅੱਜ ਜ਼ਮਾਨਤ ਦੀ ਅਰਜ਼ੀ ਸੀਗੀ ਫਰੀਦਕੋਟ ਸੈਸ਼ਨ ਕੋਰਟ ਦੇ ਵਿੱਚ। ਉਸ ਦੇ ਉੱਪਰ ਕੀ ਸੁਣਵਾਈ ਹੋਈ, ਉਹਨਾਂ ਦੀ ਜ਼ਮਾਨਤ ਹੋਈ ਜਾਂ ਨਹੀਂ ਹੋਈ, ਇਹਦੀ ਪੂਰੀ ਜਾਣਕਾਰੀ ਦੇਣ ਲਈ ਸਾਡੇ ਨਾਲ ਇਸ ਸਮੇਂ ਫੋਨ ਲਾਈਨ 'ਤੇ ਮੌਜੂਦ ਨੇ ਗੁਰਪ੍ਰੀਤ ਸਿੰਘ ਜੀ। ਉਹਨਾਂ ਕੋਲੋਂ ਪੁੱਛਦੇ ਹਾਂ ਕਿ ਚਰਨਜੀਤ ਸ਼ਰਮਾ ਜੀ ਦੀ ਜਿਹੜੀ ਅੱਜ ਪੇਸ਼ੀ ਸੀਗੀ ਉਹਦਾ ਕੀ ਬਣਿਆ। ਗੁਰਪ੍ਰੀਤ ਜੀ, ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂ ਕਿ ਅੱਜ ਚਰਨਜੀਤ ਸ਼ਰਮਾ ਜੋ ਕਿ ਸਾਬਕਾ SSP ਸੀਗੇ, ਉਹਨਾਂ ਦੀ ਅੱਜ ਜ਼ਮਾਨਤ ਦੀ ਅਰਜ਼ੀ ਲੱਗੀ ਹੋਈ ਸੀ, ਉਹਦਾ ਕੀ ਨਤੀਜਾ ਸਾਹਮਣੇ ਆਇਆ? ਹਾਂਜੀ, ਇਹ ਮਾਮਲਾ ਹੈ ਜੀ 14 ਅਕਤੂਬਰ 2015 ਨੂੰ ਨੇੜਲੇ ਪਿੰਡ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਉੱਪਰ ਡਾਢੇ ਗਏ ਪੁਲਿਸ ਅਤਿਆਚਾਰ ਦੇ ਦੋਸ਼ ਦੇ ਵਿੱਚੋਂ SDI ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ SSP ਸ਼ਰਮਾ ਵੱਲੋਂ ਜ਼ਿਲ੍ਹਾ ਅਦਾਲਤ 'ਚ ਜ਼ਮਾਨਤ ਦੀ ਅਰਜ਼ੀ ਵੀ ਲਾਈ ਸੀ, ਜਿਹਨਾਂ ਅੱਜ ਦੋਨਾਂ ਤਰ੍ਹਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੈਸ਼ਨ ਜੱਜ ਹਰਪਾਲ ਦੀ ਅਦਾਲਤ ਵੱਲੋਂ ਸੁਣਨ ਤੋਂ ਬਾਅਦ ਜਿਹੜੀ ਪਹਿਲਾਂ 2 ਮਾਰਚ ਨੂੰ ਪਾਈ ਗਈ ਸੀ, ਜੋ ਅੱਜ ਦੀ ਸੁਣਵਾਈ ਸੀਗੀ, ਸੁਣਵਾਈ ਦੌਰਾਨ ਜਾਣੀ ਕਿ ਵੀ ਜਿਹੜਾ ਬਹਿਬਲ ਕਾਂਡ ਤੇ ਕੋਟਕਪੂਰਾ ਕਾਂਡ ਦੇ ਜਾਣੀ ਕਿ ਦੌਰਾਨ ਜਿਹੜੀ ਉਹਨਾਂ ਦੀ ਅਰਜ਼ੀ ਸੀ ਉਹ ਪਹਿਲਾਂ ਕਹਿੰਦੀ 5 ਮਾਰਚ ਨੂੰ ਸੀ, ਫਿਰ 5 ਮਾਰਚ ਨੂੰ ਨਹੀਂ ਜਾਣੀ ਕਿ ਹੋਈ ਤੇ, ਲੇਕਿਨ ਇਹਦੀ ਵੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ ਜੀ। ਵੱਡੀ ਖਬਰ ਹੈ ਕਿ ਜ਼ਮਾਨਤ ਦੀ ਜਿਹੜੀ ਅਰਜ਼ੀ ਲਗਾਈ ਸੀਗੀ ਚਰਨਜੀਤ ਸ਼ਰਮਾ ਦੇ ਵਕੀਲ ਹੋਰਾਂ ਕੋਲੋਂ, ਉਹ ਰੱਦ ਕਰ ਦਿੱਤੀ ਗਈ ਹੈ? ਹਾਂਜੀ, ਉਹ ਰੱਦ ਕਰ ਦਿੱਤੀ ਗਈ ਹੈ। ਹੋ ਸਕਦਾ ਜੀ ਹੁਣ ਚਰਨਜੀਤ ਸ਼ਰਮਾ ਜਾਂ ਉਹਦਾ ਵਕੀਲ ਜਾਣੀ ਕਿ ਵੀ ਹਾਈਕੋਰਟ ਵੱਲੋਂ ਰੁੱਖ ਕਰਨਗੇ ਤੇ ਦੇਖਾਂਗੇ ਵੀ ਉੱਥੇ ਅਗਲਾ ਵੀ ਉਹਨਾਂ ਨੂੰ ਸਟੈਪ ਕੀ ਮਿਲਦਾ ਜੀ। ਨਾਲ ਇੱਕ ਗੱਲ ਇੱਕ ਹੋਰ ਦੱਸਣਯੋਗ ਬਣਦੀ ਹੈ ਜੀ, ਇੱਕ ਜਾਣੀ ਕਿ ਜਿਹੜੇ ਇੱਥੋਂ ਦੇ ਹੈਗੇ ਸਾਡੇ ਸਾਬਕਾ ਸੰਮਤੀ ਸਕੱਤਰ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ ਜੀ, ਉਹਨਾਂ ਨੇ ਜਦੋਂ SDI ਵੱਲੋਂ ਕਾਫੀ ਘੰਟੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਨੇ ਵੀ ਜਾਣੀ ਕਿ ਉਸ ਦੌਰਾਨ ਬਲੈਕ ਐਂਡ ਬੇਲ ਲਈ ਆਪਦੀ ਇੱਕ ਅਰਜ਼ੀ ਦਾਇਰ ਕੀਤੀ ਸੀ ਕਿ ਵੀ ਬਰਾੜ ਸਾਹਿਬ ਦਾ ਆਖਣਾ ਸੀ ਕਿ ਵੀ ਮੈਨੂੰ SDI ਕਿਤੇ ਗ੍ਰਿਫਤਾਰ ਨਾ ਕਰ ਲੈਣ ਨੂੰ ਖਾਸਾ ਜੀ, ਇਸ ਲਈ ਉਹਨਾਂ ਦੀ ਬਲੈਕ ਬੇਲ ਲਾਈ ਹੋਈ ਸੀ ਜੀ। ਜੋ ਅਦਾਲਤ ਨੇ ਇਸ ਸੰਬੰਧੀ ਸਰਕਾਰ ਤੋਂ ਪੁਲਿਸ ਪਾਸੋਂ ਜਾਣੀ ਕਿ ਵੀ ਉਹਨਾਂ ਤੋਂ 5 ਮਾਰਚ ਲਈ ਰਿਕਾਰਡ ਮੰਗਿਆ ਜੀ ਬਰਾੜ ਸਾਹਿਬ ਦਾ, ਜਿਹੜੇ ਮਨਤਾਰ ਬਰਾੜ ਨੇ ਉਹਨਾਂ ਕੋਲੋਂ 5 ਮਾਰਚ ਤੱਕ ਰਿਕਾਰਡ ਮੰਗਿਆ ਗਿਆ ਜੀ ਸਰ। ਤੇ ਹੁਣ ਇਸ ਤੋਂ ਬਾਅਦ ਇਹਨਾਂ ਦਾ ਕੀ ਕਹਿਣਾ, ਕਿਸ ਨਾਲ ਤੁਹਾਡੀ ਗੱਲਬਾਤ ਹੋਈ ਮਨਤਾਰ ਬਰਾੜ ਜੀ ਨਾਲ? ਨਹੀਂ, ਮਨਤਾਰ ਸਿੰਘ ਬਰਾੜ ਨਾਲ ਗੱਲਬਾਤ ਤਾਂ ਨਹੀਂ ਹੋਈ, ਜਾਣੀ ਕਿ ਜਦੋਂ SDI ਨੇ ਪੁੱਛਗਿੱਛ ਕਰ ਰਹੀ ਉਸ ਦੌਰਾਨ ਜਾਣੀ ਕਿ ਪਤਾ ਲੱਗਾ ਵੀ ਜਾਣੀ ਕਿ ਇਹਨਾਂ ਨੇ ਐਪਲੀਕੇਸ਼ਨ ਦਾਇਰ ਕੀਤੀ ਹੈ ਜਿਹੜੀ ਅਦਾਲਤ ਵਿੱਚ, ਮਾਨਯੋਗ ਅਦਾਲਤ ਵਿੱਚ। ਜਿਹੜੇ ਸਾਬਕਾ SSP ਚਰਨਜੀਤ ਸ਼ਰਮਾ ਜੀ ਸੀਗੇ, ਉਹਨਾਂ ਦੇ ਕਿਸੇ ਵਕੀਲ ਨਾਲ ਗੱਲਬਾਤ ਹੋਈ ਹੋਵੇ ਤੁਹਾਡੀ? ਨਹੀਂ ਸਰ, ਉਹਨਾਂ ਦੇ ਵਕੀਲ ਨਾਲ ਫਿਲਹਾਲ ਅਜੇ ਗੱਲਬਾਤ ਕੋਈ ਨੀ, ਜਿੰਨੀ ਕਿ ਸਾਨੂੰ ਅਪਡੇਟ ਜਾਣੀ ਉਹਨੇ ਅਦਾਲਤ ਚ ਮਿਲੀ ਉਹ ਤਾਂ ਜਿਹੜੇ ਸੂਤਰਾਂ ਮੁਤਾਬਿਕ ਗੱਲਬਾਤ ਪਤਾ ਲੱਗੀ ਹੈ ਤੇ ਉਹਦੇ ਮੁਤਾਬਿਕ ਜਿਹੜੀ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ ਚਰਨਜੀਤ ਸ਼ਰਮਾ ਵੱਲੋਂ ਉਹ ਰੱਦ ਹੋ ਗਈ ਹੈ। ਤੇ ਹੁਣ ਇਹ ਹੋ ਸਕਦਾ ਕਿ ਹਾਈਕੋਰਟ ਜੀ ਜਿਗਰ ਜੋ ਗੱਲ ਕਿ ਵੀ ਕੋਟਕਪੂਰਾ ਚੋਂ ਗੋਲੀਕਾਂਡ ਤੇ ਜੇਲ੍ਹ ਦੇ ਵਿੱਚ ਬੰਦ ਆਈ ਸੀ ਉਮਰਾ ਨੰਗਲ ਜੀ ਦੀ ਜਿਹੜੀ ਜ਼ਮਾਨਤ ਹੈ ਉਹ 6 ਮਾਰਚ ਨੂੰ ਉਹਦੀ ਸੁਣਵਾਈ ਹੋਊਗੀ ਜੀ। ਉਹਨਾਂ ਦੀ ਸੁਣਵਾਈ 6 ਮਾਰਚ ਨੂੰ ਹੋਣੀ ਹੈ ਉਮਰਾ ਨੰਗਲ ਜੀ ਦੀ? ਹਾਂਜੀ ਜੀ ਸਰ ਜੀ ਜੀ ਜੀ। ਸੋ ਹੁਣ ਇਸ ਤੋਂ ਬਾਅਦ ਜਿਹੜੇ ਇੱਥੇ ਦਾ ਮਾਹੌਲ ਹੈ ਉਹ ਕੀ ਸੀਗਾ? ਖੁਦ ਚਰਨਜੀਤ ਸ਼ਰਮਾ ਜੀ ਦੀ ਅਦਾਲਤ ਵਿੱਚ ਪੇਸ਼ ਹੋਏ ਸਨ ਕਿ ਉਹਨਾਂ ਦੇ ਇਕੱਲੇ ਵਕੀਲ ਹੀ ਪਹੁੰਚੇ ਸਨ ਇੱਥੇ ਮੌਕੇ ਤੇ? ਨਹੀਂ, ਵਕੀਲ ਸਾਹਿਬ ਵੀ ਬਹਿਸ ਫਿਲਹਾਲ ਮੇਰੇ ਕੋਲ ਵਕੀਲ ਸਾਹਿਬ ਵੀ ਬਹਿਸ ਕਰ ਰਹੇ ਜੀ ਇਹਨਾਂ ਦੀ, ਵਕੀਲ ਸਾਹਿਬ ਵੀ ਬਹਿਸ ਕਰ ਰਹੇ ਸਨ। ਗੁਰਪ੍ਰੀਤ ਜੀ, ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਖਬਰ ਦੇ ਉੱਪਰ ਨਜ਼ਰ ਬਣਾਏ ਰੱਖਣਾ। ਜਿਵੇਂ ਕਿ ਤੁਸੀਂ ਦੱਸਿਆ ਕਿ 6 ਮਾਰਚ ਨੂੰ ਉਮਰਾ ਨੰਗਲ ਜੀ ਦੇ ਵੀ ਇੱਥੇ ਪੇਸ਼ੀ ਹੋਣੀ ਹੈਗੀ ਹੈ, ਉਹਦੇ ਉੱਪਰ ਕੀ ਗੱਲਬਾਤ ਹੋਏਗੀ ਉਹ ਵੀ ਦੇਖਣਾ ਹੋਏਗਾ। ਸੋ ਇਸ ਸਮੇਂ ਦੀ ਵੱਡੀ ਖਬਰ ਇਹ ਆ ਰਹੀ ਹੈ ਕਿ ਚਰਨਜੀਤ ਸ਼ਰਮਾ ਜੀ ਵੱਲੋਂ ਜੋ
ਜ਼ਮਾਨਤ ਲਈ ਅਰਜ਼ੀ ਲਗਾਈ ਗਈ ਸੀਗੀ ਉਹ ਅਦਾਲਤ ਵੱਲੋਂ ਖਾਰਿਜ ਕਰ ਦਿੱਤੀ ਗਈ ਹੈ ਅਤੇ ਹੁਣ ਹੋ ਸਕਦਾ ਕਿ ਚਰਨਜੀਤ ਸ਼ਰਮਾ ਜੀ ਦੇ ਵਕੀਲ ਹਾਈਕੋਰਟ ਦਾ ਰੁਖ ਕਰਨ ਅਤੇ ਮਨਤਾਰ ਬਰਾੜ ਜੀ ਦੀ ਵੀ ਅੱਜ ਸੁਣਵਾਈ ਸੀਗੀ ਉਸ ਦੇ ਮੁਤਾਬਕ ਵੀ ਉਹਨਾਂ ਨੂੰ ਸਮਾਂ ਦਿੱਤਾ ਗਿਆ ਕਿ ਤੁਸੀਂ ਆਪਣਾ ਜਿਹੜਾ ਹੈਗਾ ਰਿਕਾਰਡ ਪੇਸ਼ ਕਰੋ ਇਸ ਦੇ ਉੱਪਰ ਅਗਲੀ ਸੁਣਵਾਈ ਜਦੋਂ ਹੋਏਗੀ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਅਤੇ ਗੌਰਤਲਬ ਇਹ ਹੈ ਕਿ ਆਈ ਜੀ ਉਮਰਾ ਨੰਗਲ ਦੀ 6 ਮਾਰਚ ਨੂੰ ਸੁਣਵਾਈ ਹੋਣੀ ਹੈ ਉਹਦੇ ਉੱਪਰ ਕੀ ਰੁੱਖ ਆਏਗਾ ਉਹ ਵੀ ਤੁਹਾਨੂੰ ਦੱਸਾਂਗੇ ਅਤੇ ਇਸੇ ਤਰ੍ਹਾਂ ਦੇਖਦੇ ਰਹੋ ਕਰੰਟ ਇਸ਼ੂ 'ਤੇ ਵੇਖਦੇ ਰਹਾਂ A1 ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ। For new updates, please subscribe A1 News and click the bell icon.